हेलो एवरीवन, माय नेम इज हरप्रीत। आई एम ए रेगुलेटेड कैनेडियन इमिग्रेशन कंसल्टेंट। आज दी वीडियो दे विच जो मैं टॉपिक तो ना डिस्कस कर रहे हैं वो हैगा ह्यूमैनिटेरियन एंड कंपैशनेट कंसीडरेशन फॉर कनाडा पीआर। इस वीडियो दे विच मैं तीन टॉपिक डिस्कस करूंगा एचएनसी दी एप्लीकेशन से लैके। तो पहला कि इस एप्लीकेशन दे विच कौन कौन अप्लाई कर सकता है ते को केड़े इंडिविजुअल एदे विच अप्लाई नहीं कर सकते ते की फैक्टर्स ने जिहड़े इमीग्रेशन डिपार्टमेंट कंसीडर करता है जदों तुहाडी एप्लीकेशन असैस हुंदी हैगी है एचएनसी ਦੇ ਲਈ। ਸੋ ਆਪਾਂ ਸਟਾਰਟ ਕਰਦੇ ਹੈਗੇ। ਸਾਰਿਆਂ ਨਾਲੋਂ ਪਹਿਲਾਂ ਆਪਾਂ ਵੇਖ ਲੈਨੇ ਆ ਕਿ ਐਚਐਨਸੀ ਐਪਲੀਕੇਸ਼ਨ ਦੇ ਬਾਰੇ ਕੁਝ ਇੰਟਰਸਟਿੰਗ ਫੈਕਟਸ ਦੀ ਗੱਲ ਕਰ ਲੈਨੇ ਆਪਾਂ। ਐਚਐਨਸੀ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਇੱਕ ਯੂਨੀਕ ਐਪਲੀਕੇਸ਼ਨਸ ਆ। ਇਹ ਤੁਹਾਡੀ ਕੋਈ ਫਸਟ ਆਪਸ਼ਨ ਨਹੀਂ ਹੋਣੀ ਚਾਹੀਦੀ ਕੈਨੇਡਾ ਪੀਆਰ ਅਪਲਾਈ ਕਰਨ ਦੇ ਲਈ। ਇਹ ਇੱਕ ਐਕਸੈਪਸ਼ਨਲ ਸਰਕਮਸਟੈਂਸਸ ਦੇ ਵਿੱਚ ਹੀ ਜਿਹੜੀ ਹੈਗੀ ਆ ਅਲਾਉ ਹੁੰਦੀ ਹੈ ਐਪਲੀਕੇਸ਼ਨ ਤੁਸੀਂ ਕਰ ਸਕਦੇ ਹੋ। ਆਈਆਰਸੀਸੀ ਅਪਰੂਵ ਕਰਦੀ ਹੈ ਉਹ ਐਪਲੀਕੇਸ਼ਨ ਨੂੰ ਜਿਨ੍ਹਾਂ ਦੇ ਵਿੱਚ ਸਿਗਨੀਫੀਕੈਂਟ ਐਚਐਨਸੀ ਗਰਾਊਂਡਸ ਹੁੰਦੇ ਨੇ। ਇਹਨਾਂ ਦੇ ਵਿੱਚ ਉਹ ਇੰਡੀਵਿਜੂਅਲ ਇਨਕਲੂਡ ਹੁੰਦੇ ਨੇ ਜਿਹੜੇ ਕਿ ਕੈਨੇਡਾ ਦੇ ਵਿੱਚ ਕਾਫੀ ਸਿਗਨੀਫੀਕੈਂਟ ਟਾਈਮ ਤੋਂ ਰਹਿ ਰਹੇ ਨੇ ਤੇ ਹੋਰ ਕਿਸੇ ਪੀਆਰ ਪ੍ਰੋਗਰਾਮ ਦੇ ਵਿੱਚ ਉਹ ਕੁਆਲੀਫਾਈ ਨਹੀਂ ਕਰ ਰਹੇ ਬੇਸਡ ਔਨ ਲੈਂਗੁਏਜ ਸਕਿੱਲਸ ਐਜੂਕੇਸ਼ਨ ਔਰ ਐਕਸਪੀਰੀਅੰਸ। ਬਟ ਉਹਨਾਂ ਨੇ ਉਹ ਐਪਲੀਕੈਂਟ ਨੇ ਆਪਣੇ ਆਪ ਨੂੰ ਮੈਨੇਜ ਕੀਤਾ ਹੈ ਕੈਨੇਡਾ ਦੇ ਵਿੱਚ, ਸਪੋਰਟ ਕੀਤੀ ਹੈ ਥਰੂ ਆਊਟ ਦਿਸ ਹੋਲ ਟਾਈਮ। ਅਪਲਾਈਂਗ ਫੋਰ ਐਚਐਨਸੀ ਕੰਸੀਡਰੇਸ਼ਨ ਇਜ਼ ਐਨ ਐਕਸੈਪਸ਼ਨਲ ਮੇਜਰ, ਇਟਸ ਨੋਟ ਸਿੰਪਲੀ ਅਨਦਰ ਮੀਨਸ ਆਫ ਅਪਲਾਈਂਗ ਫੋਰ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਇਨ ਕੈਨੇਡਾ। ਇੱਕ ਤੁਹਾਡਾ ਇੱਕ ਇਹ ਕਹਿ ਸਕਦੇ ਹਾਂ ਜੇ ਤੁਹਾਡੀ ਐਪਲੀਕੇਸ਼ਨ 'ਚ ਐਚਐਨਸੀ ਗਰਾਊਂਡਸ ਨੇ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ, ਨਾ ਕਿ ਇਹ ਜੇ ਤੁਸੀਂ ਇੱਕ ਪ੍ਰੋਗਰਾਮ 'ਚ ਕੁਆਲੀਫਾਈ ਨਹੀਂ ਕਰ ਰਹੇ ਤਾਂ ਤੁਸੀਂ ਸੋਚੋ ਕਿ ਹਾਂਜੀ ਇਹ ਇਸ ਐਚਐਨਸੀ ਦੇ ਵਿੱਚ ਐਪਲੀਕੇਸ਼ਨ ਸਬਮਿਟ ਕਰ ਦੇਣੀ। ਸੋ ਐਦਾਂ ਤੁਸੀਂ ਨਹੀਂ ਕਰ ਸਕਦੇ। ਇਹ ਇੱਕ ਅਨਦਰ ਮੀਨਸ ਨਹੀਂਗਾ ਪੀਆਰ ਅਪਲਾਈ ਕਰਨ ਦੇ ਲਈ, ਇਹ ਇੱਕ ਐਕਸੈਪਸ਼ਨਲ ਕੇਸਿਸ ਦੇ ਲਈ ਹੈਗਾ ਪਾਸਵੇ। ਨੈਕਸਟ ਆਪਾਂ ਦੇਖ ਲੈਂਦੇ ਹੈਗੇ ਐਨੀਵਨ ਫਿਜ਼ੀਕਲੀ ਇਨਸਾਈਡ ਆਫ ਕੈਨੇਡਾ ਇਜ਼ ਐਲੀਜੀਬਲ ਫੋਰ ਐਚਐਨਸੀ ਐਪਲੀਕੇਸ਼ਨ ਡਸ ਨੋਟ ਮੀਨ ਦੈਟ ਯੂ ਸ਼ੁੱਡ ਅਪਲਾਈ ਫੋਰ ਦਿਸ ਵਨ। ਆਪਾਂ ਇਹਨੂੰ ਇੱਕ ਐਗਜ਼ਾਮਪਲ ਨਾਲ ਵੇਖ ਲੈਂਦੇ ਹਾਂ। ਫੋਰ ਐਗਜ਼ਾਮਪਲ ਕੋਈ ਮਾਈਨਰ ਚਾਈਲਡ ਸੀ, ਉਹ ਆਪਣੇ ਪੇਰੈਂਟਸ ਨਾਲ ਕੈਨੇਡਾ ਆਇਆ ਹੋਇਆ ਤੇ ਕਾਫੀ ਟਾਈਮ ਉਹਨੇ ਕੈਨੇਡਾ 'ਚ ਸਪੈਂਡ ਕਰ ਦਿੱਤਾ, ਮਾਈਨਰ ਚਾਈਲਡ ਨੇ ਇੱਥੇ ਸਟੱਡੀ ਕੀਤੀ ਤੇ ਉਸ ਤੋਂ ਬਾਅਦ ਵਰਕ ਤੇ ਰਿਹਾ ਤੇ ਆਪਣੇ ਆਪ ਨੂੰ ਅਸਟੈਬਲਿਸ਼ ਕਰ ਲਿਆ ਕੈਨੇਡਾ ਦੇ ਵਿੱਚ ਤੇ ਸਡਨਲੀ ਕੁਝ ਟਾਈਮ ਬਾਅਦ ਪਤਾ ਲੱਗਦਾ ਹੈ ਕਿ ਉਹਦੇ ਜਿਹੜੇ ਪੇਰੈਂਟਸ ਨੇ ਉਹ ਕੈਨੇਡਾ ਦੇ ਵਿੱਚ ਇਲੀਗਲ ਹੋ ਗਏ ਨੇ ਜਾਂ ਆਊਟ ਆਫ ਸਟੇਟਸ ਨੇ ਇਸ ਟਾਈਮ। ਸੋ ਹੁਣ ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਇਹ ਹੈਗੀ ਆਊਟ ਆਫ ਕੰਟਰੋਲ ਸੀਗੀ ਉਸ ਪਾਰਟਿਕੂਲਰ ਇੰਡੀਵਿਜੂਅਲ ਦੇ ਲਈ। ਸੋ ਇਹ ਇੱਕ ਚੰਗੀ ਐਗਜ਼ਾਮਪਲ ਹੈਗੀ ਹੈ ਐਚਐਨਸੀ ਐਪਲੀਕੇਸ਼ਨ ਦੇ ਲਈ। ਇੱਕ ਇਹਦੇ ਵਿੱਚ ਅਪਰੂਵਲ ਰੇਟ ਕਾਫੀ ਹਾਈ ਹੁੰਦਾ ਬਿਕੋਜ਼ ਜਿਹੜੀ ਇਹ ਸਿਚੁਏਸ਼ਨ ਸੀ ਆਊਟ ਆਫ ਕੰਟਰੋਲ ਸੀ ਉਸ ਇੰਡੀਵਿਜੂਅਲ ਦੇ ਲਈ। ਬੈਸਟ ਇੰਟਰਸਟ ਆਫ ਚਾਈਲਡ ਵੀ ਗਿਣਿਆ ਜਾਊਗਾ ਤੇ ਇੱਕ ਪੋਜ਼ਿਟਿਵ ਅਸੈਸਮੈਂਟ ਦੇ ਵਿੱਚ ਐਪਲੀਕੇਸ਼ਨ ਕੰਸੀਡਰ ਹੋ ਜਾਏਗੀ ਤੇ ਬਿਕੋਜ਼ ਉਸ ਮਾਈਨਰ ਚਾਈਲਡ ਨੇ ਕਾਫੀ ਜ਼ਿਆਦਾ ਸਿਗਨੀਫੀਕੈਂਟ ਟਾਈਜ਼ ਵੀ ਬਣਾ ਲਈ ਹੁੰਦੀ ਹੈ ਕੈਨੇਡਾ ਦੇ ਵਿੱਚ। ਸੋ ਇਸ ਤਰ੍ਹਾਂ ਦੀ ਐਪਲੀਕੇਸ਼ਨ ਦੀ ਅਪਰੂਵਲ ਰੇਟ ਕਾਫੀ ਹਾਈ ਹੁੰਦਾ। ਹੁਣ ਆਪਾਂ ਦੇਖ ਲੈਂਦੇ ਹਾਂ ਇਸ ਐਪਲੀਕੇਸ਼ਨ ਦੇ ਵਿੱਚ ਕੌਣ ਕੌਣ ਇੰਡੀਵਿਜੂਅਲ ਅਪਲਾਈ ਕਰ ਸਕਦੇ ਨੇ। ਕੋਈ ਵੀ ਫੋਰਨ ਨੈਸ਼ਨਲ ਜਿਹੜਾ ਕਰੰਟਲੀ ਇਨਸਾਈਡ ਕੈਨੇਡਾ ਨੇ ਉਹ ਅਪਲਾਈ ਕਰ ਸਕਦੇ ਨੇ। ਤੁਸੀਂ ਐਗਜ਼ੈਂਪਸ਼ਨ ਚਾਹੁੰਦੇ ਹੋ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਜਾਂ ਰੈਗੂਲੇਸ਼ਨ ਤੋਂ ਕੋਈ ਉਹ ਅਪਲਾਈ ਕਰ ਸਕਦੇ ਨੇ। ਜਿੱਦਾਂ ਹੁਣ ਕੋਈ ਸਪਾਊਸਿਸ ਔਰ ਕਾਮਨ ਲਾ ਪਾਰਟਨਰ ਦੇ ਵਿੱਚ ਕੋਈ ਇੰਡੀਵਿਜੂਅਲ ਜੇ ਆਪਣੀ ਐਪਲੀਕੇਸ਼ਨ ਕਈ ਵਾਰ ਲਗਾਉਂਦੇ ਨੇ ਬਟ ਉਹਨਾਂ ਦੇ ਵਿੱਚ ਜਿਹੜਾ ਸਪੌਂਸਰ ਹੈ ਉਹਨਾਂ ਵਿੱਚ ਕਈ ਵਾਰ ਬਾਹਰ ਹੁੰਦੀ ਹੈ ਸਪੌਂਸਰਸ਼ਿਪ, ਬਾਹਰ 5 ਈਅਰ ਦੀ ਬਾਹਰ ਲੱਗੀ ਹੁੰਦੀ ਹੈ ਤਾਂ ਉਹ ਐਲੀਜੀਬਲ ਨਹੀਂ ਹੁੰਦੇ ਸਪੌਂਸਰ ਕਰਨ ਲਈ। ਤਾਂ ਉਹ ਤਰ੍ਹਾਂ ਦੀ ਐਪਲੀਕੇਸ਼ਨ ਵੀ ਡਿਪੈਂਡ ਕਰਦਾ ਕੇਸ ਬਾਈ ਕੇਸ ਦੇ ਵਿੱਚ ਅਸੈਸ ਹੋ ਸਕਦੀਆਂ। ਨੈਕਸਟ ਆਪਾਂ ਦੇਖ ਲੈਂਦੇ ਹਾਂ ਕਿ ਰੈਫਿਊਜੀ ਕਲੇਮਿਟਸ ਜਿਹੜੇ ਹੈਗੇ ਜਿਨ੍ਹਾਂ ਦਾ ਨੈਗੇਟਿਵ ਡਿਸੀਜਨ ਆ ਗਿਆ ਹੁੰਦਾ ਹੈ ਆਰਪੀਡੀ ਜਾਂ ਰੈਫਿਊਜੀ ਅਪੀਲ ਡਿਵੀਜ਼ਨ ਵੱਲੋਂ ਤਾਂ 12 ਮੰਥ ਦੀ ਬਾਹਰ ਹੈ, ਉਸ ਤੋਂ ਬਾਅਦ ਉਹ ਆਪਣੀ ਜਿਹੜੀ ਹੈਗੀ ਐਚਐਨਸੀ ਐਪਲੀਕੇਸ਼ਨ ਕੰਸਿਡਰ ਕਰ ਸਕਦੇ ਹਾਂ। ਪਰਸੀਕਿਊਸ਼ਨ ਦੇ ਫੈਕਟਰਸ ਇਹਦੇ ਵਿੱਚ ਕੰਸਿਡਰ ਨਹੀਂ ਹੁੰਦੇ। ਮੇਨ ਹੈਗਾ ਕਿ ਹਾਰਡਸ਼ਿਪ ਤੁਹਾਨੂੰ ਕਿੰਨੀ ਕਰਨੀ ਪੈ ਰਹੀ ਹੈਗੀ ਹੈ ਜਾਂ ਕੀ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਤੁਹਾਡੀ ਟਾਈਜ਼ ਕਿੰਨੀਆਂ ਸਟਰੋਂਗ ਹੈਗੀਆਂ, ਉਹ ਫੈਕਟਰਸ ਇਹਦੇ ਵਿੱਚ ਕੰਸਿਡਰ ਹੁੰਦੇ ਨਾ ਕਿ ਪਰਸੀਕਿਊਸ਼ਨ ਦੇ ਫੈਕਟਰਸ। ਰਿਮੂਵਲ ਆਰਡਰ ਹੈ ਤੁਹਾਨੂੰ ਤੁਸੀਂ ਕੰਸਿਡਰ ਕਰ ਸਕਦੇ ਹੋ, ਇਨਐਡਮਿਸੀਬਿਲਟੀ ਹੈ ਬਟ ਐਚਐਨਸੀ ਐਪਲੀਕੇਸ਼ਨ ਤੁਸੀਂ ਨਹੀਂ ਸਬਮਿਟ ਕਰ ਸਕਦੇ। ਸਿਕਿਉਰਿਟੀ ਜਾਂ ਹਿਊਮਨ ਰਾਈਟਸ ਵਾਇਓਲੇਸ਼ਨ ਜਾਂ ਹੈ ਜਾਂ ਆਰਗੇਨਾਈਜ਼ਡ ਕ੍ਰਿਮੀਨੈਲਿਟੀ ਹੈ। ਐਚਐਨਸੀ ਐਪਲੀਕੇਸ਼ਨ ਜੇ ਤੁਸੀਂ ਆਪਣੀ ਪੀਆਰ ਦੀ ਰਿਕੁਆਇਰਮੈਂਟ ਵੀ ਨਹੀਂ ਮੀਟ ਕਰ ਰਹੇ ਹੋ, ਜਿਵੇਂ ਕਿ ਆਪਾਂ ਨੂੰ ਪਤਾ ਹੈ ਤੁਸੀਂ ਕੈਨੇਡਾ ਦੇ ਵਿੱਚ ਸਰਟੇਨ ਟਾਈਮ ਰਹਿਣਾ ਜ਼ਰੂਰੀ ਹੈ ਤੁਸੀਂ ਆਪਣੀ ਪੀਆਰ ਰਿਨਿਊਅਲ ਦੇ ਲਈ, ਜੇ ਤੁਸੀਂ ਅਨਏਬਲ ਹੋ ਇਸ ਰੈਜੀਡੈਂਸੀ ਦੇ ਡੇਜ਼ ਨੂੰ ਮੀਟ ਕਰਨ ਲਈ ਤਾਂ ਵੀ ਤੁਸੀਂ ਐਚਐਨਸੀ ਦੇ ਫੈਕਟਰਸ ਨੂੰ ਇਨਕਲੂਡ ਕਰ ਸਕਦੇ ਹੋ, ਇਹਦੇ ਵਿੱਚ ਵੀ ਇਹ ਐਪਲੀਕੇਸ਼ਨ ਤੁਸੀਂ ਪਾ ਸਕਦੇ ਹੋ ਜਦੋਂ ਤੁਹਾਨੂੰ ਰਿਨਿਊਅਲ ਆਉਂਦੀ ਹੈ। ਪੇਰੈਂਟਸ ਐਂਡ ਗ੍ਰਾਂਡ ਪੇਰੈਂਟਸ ਜਿਹੜੇ ਹੈਗੇ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਦੇ ਨੇ ਉਹ ਵੀ ਸਬਮਿਟ ਕਰ ਸਕਦੇ ਨੇ ਐਪਲੀਕੇਸ਼ਨ ਵਿਦ ਔਰ ਵਿਦਆਊਟ ਸਪੌਂਸਰਸ਼ਿਪ ਅੰਡਰਟੇਕਿੰਗ। ਇਹਦੇ ਵਿੱਚ ਇਹ ਹੁੰਦਾ ਵਾ ਵੀ ਬਹੁਤ ਵਾਰੀ ਜਿਹੜੇ ਜਿਹੜਾ ਸਪੌਂਸਰ ਹੈ ਉਹ ਜਾਂ ਤਾਂ ਫਾਈਨੈਂਸ਼ੀਅਲ ਰਿਕੁਆਇਰਮੈਂਟ ਨੂੰ ਮੀਟ ਨਹੀਂ ਕਰ ਪਾਉਂਦਾ ਜਾਂ ਕਈ ਵਾਰੀ ਕੀ ਹੁੰਦਾ ਵਾ ਲੋਟਰੀ ਦੇ ਵਿੱਚ ਉਹਨਾਂ ਦਾ ਸਪੌਂਸਰਸ਼ਿਪ ਪ੍ਰੋਗਰਾਮ ਦੇ ਵਿੱਚ ਡਰਾਅ ਦੇ ਵਿੱਚ ਨੰਬਰ ਨਹੀਂ ਆਉਂਦਾ ਤਾਂ ਉਹ ਵੀ ਇਸ ਚੀਜ਼ ਨੂੰ ਕੰਸਿਡਰ ਕਰ ਸਕਦੇ ਇਸ ਐਪਲੀਕੇਸ਼ਨ ਨੂੰ, ਡਿਪੈਂਡ ਔਨ ਦਾ ਕੇਸ ਦੇ ਵਿੱਚ ਅਨਦਰ ਸਪੋਰਟਿੰਗ ਫੈਕਟਰਸ ਨੂੰ ਵੀ ਧਿਆਨ 'ਚ ਰੱਖਦੇ ਹੋਏ।
नेक्स्ट जी आप गल कर लेने डीफेक्टो फैमिली मैंबरस इंपोर्टेंट कंसीडरेशन दी जाती हैगी है टू इज टू वट एक्सटेंट द एप्लीकेंट वुड हैव डिफिकल्टी मीटिंग फाइनेंशियल और इमोशनल नीड्स विदाउट द सपोर्ट एंड असिस्टेंट ऑफ द फैमिली यूनिट इन कैनेडा। जे उस इंडिविजुअल की एप्लीकेशन जी है जिदा कोई फैमिली मैंबर कैनेडा दे विच हैगा है तो उन्होंने फाइनैशियली या इमोशनली जिहड़ा हैगा है काफ़ी ज़्यादा वो अपने आप को नहीं सपोर्ट कर सकता तो यह भी एक इंपोर्टेंट कंसीडरेशन ये दी जाती। फैमिली वायलेंस के केसिज ये स्पाउसिज है जो कई बार अब्यूजिव रिलेशनशिप के होंगे ने अपना पार्टनर जो है उन्होंने पी आर है या सिटीजन है तो आप वैसे टैंपररी ने तो उन्होंने होर कोई वेज नहीं है पी आर लैन का तो वो उन्होंने कंपेल होंगे ने इस तरह के रिलेशनशिप के रहने के लिए और इस तरह की अब्यूजिव सिचुएशन के रहने के लिए टू बिकॉज वो कैनेडा रहना चाहते हैं तो वो भी इस तरह की एप्लीकेशन को कंसिडर कर सकते हैं जो तुम कई तरह के फैमिली वायलेंस के हो तो राइट। तो नैक्सट जो है कॉन्सीकुएंसिज ऑफ द सैपरेशन ऑफ रैलेटिव ये की होंगे वा द रिमूवल ऑफ एन इंडिविजुअल फ्रॉम कैनेडा मे हैव एन इंपैक्ट ऑन फैमिली मैंबर हू डू हैव द लीगल राइट टू रिमेन इन कैनेडा। हूँ लीगल राइट टू रिमेन इन कैनेडा जिमें कि पी आर या सिटीजन इंडिविजुअल ने उन्हें की इंपैक्ट पै सकता जी किसी भी फॉरन नैशनल आप रिमूव करते हैं वो पी आर या सिटीजन से की इंपैक्ट पै सकता यह भी एक पॉजिटिव असैसमेंट गिनी जाती हैगी है फैक्टर जो है। नैक्सट जो है वा इनअबिलिटी टू लीव कैनेडा ड्यू टू सरकमस्टांसिज बियोंड द एप्लीकेंट्स कंट्रोल ये इस तरह वा होंगे वा कि इनअबिलिटी टू लीव कैनेडा ड्यू टू सरकमस्टांसिज बियोंड द एप्लीकेंट कंट्रोल इज ऑफ कंसिडरेबल ड्यूरेशन डिपेंड करता है कोई एप्लीकेंट हैगा उन्हें काफ़ी ज़्यादा टाइम जो है कोई अवेटिंग कर रहा है डिसीजन से उन्होंने इमीग्रेशन एप्लीकेशन एंड स्पेंड सैवरल ईयरस इन कैनेडा फॉर एग्जाम्पल लाइव इन केयर केयर प्रोग्राम वाले है तो एक जी सिचुएशन है उन्हें काफ़ी ज़्यादा इस इंडिविजुअल ने कैनेडा च सैवरल ईयर स्पेंड कर दते हले उन्होंने इमीग्रेशन से कोई डिसीजन नहीं आ रहा तो टाइज वो स्ट्रोंग बन चुकी हैं उन्हें अपने आप को स्टैबलिश कर लिया हुआ कैनेडा के वो भी इस तरह की एप्लीकेशन को कंसिडर कर सकते हैं बट कुछ तरह की सिचुएशन होंगी है जिदे सरकमस्टांसिज जोड़े है नोट बियोन्ड द एप्लीकेंट्स का कंट्रोल जिन्हें नैगेटिव भी मनिया जाता। हूँ फॉर एग्जाम्पल कोई एप्लीकेंट्स ही अंडरग्राउंड चले गए और रिमेन इन कैनेडा इलीगली इन सच केसिज जो है इनअबिलिटी टू लीव कैनेडा इज नॉट कंसिडर्ड बियोन्ड द कंट्रोल ऑफ द एप्लीकेंट एंड कुड रीजनेबली व्यूड एज ए स्ट्रोंग नैगेटिव फैक्टर। सो वो ये इंडिविजुअल है अपनी एप्लीकेशन को कंसिडर अपनी एप्लीकेशन नहीं फाइल कर सकते बिकॉज ये तरह की सिचुएशन उन्होंने जी है नहीं सी बियोंड द एप्लीकेंट्स कंट्रोल। सो आप नैक्सट वेख लें है कि कि इंडिविजुअल ये अपनी एप्लीकेशन सबमिट नहीं कर सकते ओबियसली जो पी आर हो या सिटीजन हो कैनेडा एप्लीकेशन नहीं सबमिट कर सकते कोई तुम्हें पुरानी एच एन सी की एप्लीकेशन सबमिट की हुई है जिसे हले तक डिसीजन नहीं आया ਤਾਂ ਵੀ ਤੁਸੀਂ ਐਪਲੀਕੇਸ਼ਨ ਇਹਦੇ ਵਿੱਚ ਨਹੀਂ ਸਬਮਿਟ ਕਰ ਸਕਦੇ ਕੋਈ ਤੁਹਾਡਾ ਆਊਟਸਟੈਂਡਿੰਗ ਰਿਫਿਊਜੀ ਕਲੇਮ ਹੈ ਇੱਕ ਹੁਣ ਇੱਥੇ ਗੱਲ ਇਹ ਅੰਡਰਸਟੈਂਡ ਕਰਨ ਵਾਲੀ ਹੈ ਜੇ ਤਾਂ ਤੁਹਾਡਾ ਨੈਗੇਟਿਵ ਡਿਸੀਜਨ ਆ ਚੁੱਕਿਆ ਰਿਫਿਊਜੀ ਦਾ ਕਲੇਮ ਤੁਸੀਂ ਸਬਮਿਟ ਕੀਤਾ ਸੀਗਾ ਨੈਗੇਟਿਵ ਡਿਸੀਜਨ ਆਇਆ ਤਾਂ ਤੁਸੀਂ 12 ਮੰਥ ਦੀ ਬਾਹਰ ਹੈ ਉਸ ਤੋਂ ਬਾਅਦ ਤੁਸੀਂ ਸਬਮਿਟ ਕਰ ਸਕਦੇ ਹੋ ਜੇ ਤੁਹਾਡਾ ਹਲੇ ਰਿਫਿਊਜੀ ਕਲੇਮ ਚੱਲ ਰਿਹਾ ਤਾਂ ਤੁਸੀਂ ਐਪਲੀਕੇਸ਼ਨ ਸਬਮਿਟ ਨਹੀਂ ਕਰ ਸਕਦੇ ਇਹਦੇ ਵਿੱਚ ਨਹੀਂ ਲਗਾ ਸਕਦੇ ਡੈਜੀਗਨੇਟਿਡ ਫੋਰਨ ਨੈਸ਼ਨਲ ਵਿਦ ਇਨ ਦਾ ਲਾਸਟ 5 ਈਅਰ ਉਹ ਵੀ ਇਹਦੇ ਵਿੱਚ ਐਪਲੀਕੇਸ਼ਨ ਸਬਮਿਟ ਨਹੀਂ ਕਰ ਸਕਦੇ। ਹੁਣ ਕੁਛ ਇੰਟਰਸਟਿੰਗ ਜਿਹੜੇ ਕਿ ਫੈਕਟਰਸ ਹੈਗੇ ਆ ਜੋ ਇਸ ਤਰ੍ਹਾਂ ਦੀ ਐਪਲੀਕੇਸ਼ਨ ਨੂੰ ਐਕਸੈਸ ਕਰਨ ਦੇ ਦੌਰਾਨ ਆਫਿਸਰ ਵੇਖਦੇ ਨੇ ਉਹਦੀ ਮੈਂ ਕੁਛ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਫੋਰ ਐਗਜ਼ਾਮਪਲ ਐਸਟੈਬਲਿਸ਼ਮੈਂਟ ਇਨ ਕੈਨੇਡਾ ਤੁਸੀਂ ਕਿੰਨਾ ਜ਼ਿਆਦਾ ਆਪਣੇ ਆਪ ਨੂੰ ਐਸਟੈਬਲਿਸ਼ ਕਰ ਲਿਆ ਕੈਨੇਡਾ 'ਚ ਇਹ ਵੀ ਵੇਖਿਆ ਜਾਂਦਾ ਹੈਗਾ ਤੁਹਾਡੀ ਫੈਮਿਲੀ ਟਾਈਜ਼ ਕਿੰਨੀਆਂ ਹੈਗੀਆਂ ਕੈਨੇਡਾ ਦੇ ਵਿੱਚ ਜਾਂ ਬੈਸਟ ਇੰਟਰਸਟ ਆਫ ਚਾਇਲਡ ਇਨਵੋਲਵਡ ਇਹ ਇੱਕ ਬਹੁਤ ਹੀ ਇੰਪੋਰਟੈਂਟ ਫੈਕਟਰ ਹੈਗਾ ਜਿਹੜਾ ਕੰਸਿਡਰ ਹੁੰਦਾ ਹਾਰਡਸ਼ਿਪ ਦੇ ਫੈਕਟਰਸ ਕੰਸਿਡਰ ਹੁੰਦੇ ਆ ਲੈਂਥ ਆਫ ਟਾਈਮ ਸਪੈਂਟ ਇਨ ਕੈਨੇਡਾ ਤੁਹਾਡੀ ਵਰਕ ਹਿਸਟਰੀ ਵਿਦ ਸਟੇਬਲ ਇੰਪਲਾਇਮੈਂਟ ਤੁਹਾਡੀ ਕੋਆਪਰੇਸ਼ਨ ਵਿਦ ਗਵਰਨਮੈਂਟ ਅਥੋਰਿਟੀਜ਼ ਇਨਵੋਲਵਮੈਂਟ ਵਿਦ ਕਮਿਊਨਿਟੀ ਔਰਗਨਾਈਜੇਸ਼ਨ ਤੁਸੀਂ ਕੋਈ ਵਲੰਟੀਅਰ ਵਰਕ ਕੀਤਾ ਹੈ ਕਮਿਊਨਿਟੀ ਪਾਰਟੀਸਪੇਸ਼ਨ ਦੇ ਵਿੱਚ ਇਹ ਵੀ ਇੱਕ ਚੰਗਾ ਫੈਕਟਰ ਕੰਸਿਡਰ ਹੁੰਦਾ ਹੈ ਏਜੰਸੀ ਦੀ ਐਪਲੀਕੇਸ਼ਨ ਦੇ ਵਿੱਚ। ਨੈਕਸਟ ਆਪਾਂ ਵੇਖ ਲੈਂਦੇ ਹਾਂ ਗੁੱਡ ਸਿਵਲ ਰੈਕਰਡ ਇਨ ਕੈਨੇਡਾ ਜੇ ਤੁਸੀਂ ਮੰਨ ਲਓ ਕਈ ਵਾਰੀ ਕੀ ਹੁੰਦਾ ਕੁਛ ਇੰਡੀਵਿਜੁਅਲ ਜਿਹੜਾ ਹੈਗਾ ਕੋਈ ਕੇਸਿਸ ਦੇ ਵਿੱਚ ਇਨਵੋਲਵ ਹੋ ਜਾਂਦੇ ਫੋਰ ਇੰਸਟੈਂਸ ਡਰੰਕ ਐਂਡ ਡਰਾਈਵ ਦੇ ਕੇਸ ਹੋ ਜਾਂਦੇ ਨੇ ਜੇ ਤੁਹਾਡਾ ਇਸ ਤਰ੍ਹਾਂ ਦੇ ਹੈਗੇ ਤਾਂ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਨਹੀਂ ਕੰਸਿਡਰ ਕਰ ਸਕਦੇ ਬਿਕੋਜ਼ ਤੁਹਾਡਾ ਸਿਵਲ ਰੈਕਰਡ ਆਲਰੇਡੀ ਹੀ ਖਰਾਬ ਹੋ ਚੁੱਕਾ ਹੈ ਬਟ ਜੇ ਤੁਹਾਡਾ ਸਿਵਲ ਰੈਕਰਡ ਚੰਗਾ ਰਿਹਾ ਕੈਨੇਡਾ 'ਚ ਤਾਂ ਇੱਕ ਤੁਹਾਡੇ ਇੱਕ ਪੋਜ਼ਿਟਿਵ ਅਸੈਸਮੈਂਟ 'ਚ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਇਹ ਚੀਜ਼ ਐਡ ਹੋਏਗੀ। ਤੁਸੀਂ ਕੋਈ ਆਇਲਸ ਦਾ ਐਗਜ਼ਾਮ ਦਿੱਤਾ ਹੈ ਆਪਣੀ ਲੈਂਗੁਏਜ ਨੂੰ ਦੇ ਸਕੋਰ ਨੂੰ ਇੰਪਰੂਵ ਕਰਨ ਲਈ ਜਾਂ ਤੁਸੀਂ ਪਹਿਲਾਂ ਜੇ
थोड़ी इंग्लिश लैंग्वेज की प्रोफिशिएंसी नहीं सी कि तुसी अपना आइल्स नाल उस तरह ना इंग्लिश ना कम्युनिकेट कर पा रहे हो कनाडा दे विच। इंग्लिश तुसी सीख ली है जां फ्रेंच सीख ली है तां वी एक चंगा पॉजिटिव फैक्टर मन्निया जाऊगा। ਤੁਹਾਡੇ ਲਈ ਇੰਪਲਾਇਮੈਂਟ ਓਪਰਚੁਨਿਟੀਜ਼ ਕੀ ਨੇ ਕੈਨੇਡਾ ਦੇ ਵਿੱਚ, ਤੁਹਾਡੇ ਪਾਸਟ ਦੇ ਐਕਸਪੀਰੀਅੰਸ ਦੇ ਬੇਸ ਤੇ ਜਾਂ ਫਿਊਚਰ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰ ਸਕਦੇ ਹੋ, ਇਹ ਵੀ ਇੱਕ ਫੈਕਟਰਸ ਕੰਸੀਡਰ ਹੁੰਦਾ ਹੈ। ਇਸ ਤੋਂ ਇਲਾਵਾ ਲਾਸਟ ਬਟ ਨੋਟ ਦ ਲੀਸਟ ਜਿਹੜਾ ਫੈਕਟਰ ਆਪਾਂ ਜੇ ਗੱਲ ਕਰ ਲਈ, ਫੈਕਟਰਸ ਇਨ ਦ ਕੰਟਰੀ ਆਫ ਓਰਿਜਨ ਮੇ ਇਨਕਲੂਡ ਹਾਰਡਸ਼ਿਪ ਸੱਚ ਐਸ ਲੈਕ ਆਫ ਕ੍ਰਿਟੀਕਲ ਮੈਡੀਕਲ ਔਰ ਹੈਲਥ ਕੇਅਰ, ਇਹ ਵੀ ਇੱਕ ਫੈਕਟਰਸ ਕੰਸੀਡਰ ਹੁੰਦਾ। ਇਹ ਇੱਕ ਥੋੜੀ ਜਿਹੀ ਐਗਜ਼ਾਮਪਲ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਹੈਗੀ ਆ ਕੁਝ ਫੈਕਟਰਸ ਜੋ ਹੈਗੇ ਐਚਐਨਸੀ ਐਪਲੀਕੇਸ਼ਨ ਦੇ ਵਿੱਚ ਕੰਸੀਡਰ ਹੁੰਦੇ ਤੇ ਕੁਝ ਤਰ੍ਹਾਂ ਦੀ ਸਿਚੁਏਸ਼ਨ ਜਿਹਨਾਂ ਦੇ ਵਿੱਚ ਤੁਸੀਂ ਐਚਐਨਸੀ ਐਪਲੀਕੇਸ਼ਨ ਸਬਮਿਟ ਕਰ ਸਕਦੇ ਹੋ। ਬਟ ਇਹ ਕੋਈ ਇਸ ਤਰ੍ਹਾਂ ਦਾ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਕਿ ਇਹੀ ਇੰਡੀਵਿਜੁਅਲ ਸਬਮਿਟ ਕਰ ਸਕਦੇ ਨੇ, ਹਰ ਇੱਕ ਇੰਡੀਵਿਜੁਅਲ ਦੀ ਸਿਚੁਏਸ਼ਨ ਡਿਫਰੈਂਟ ਹੋ ਸਕਦੀ, ਉਸ ਅਕੋਰਡਿੰਗ ਐਪਲੀਕੇਸ਼ਨ ਜਿਹੜੀ ਹੈਗੀ ਸਬਮਿਟ ਹੁੰਦੀ ਹੈ, ਜਾਂ ਇਹ ਵੀ ਪਤਾ ਲੱਗ ਸਕਦਾ ਕਿ ਉਹ ਐਪਲੀਕੇਸ਼ਨ ਲਗਾ ਵੀ ਸਕਦੇ ਹੈ ਕਿ ਨਹੀਂ। ਸੋ ਇਹ ਕੁਝ ਐਗਜ਼ਾਮਪਲ ਸੀ ਫੈਕਟਰ ਦੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਆਈ ਹੋਪ ਮੇਰੀ ਵੀਡੀਓ ਜਿਹੜੀ ਹੈ ਤੁਹਾਨੂੰ ਇਨਫੋਰਮੇਟਿਵ ਲੱਗੀ ਹੋਏਗੀ। ਥੈਂਕ ਯੂ ਫਾਰ ਵਾਚਿੰਗ।